ਬੰਦਾ ਆ ਗਿਆ ਜੋ ਅਸੀਂ ਦੇਖਿਆ ਹੋਇਆ ਸੀਗਾ, ਔਰ ਉਹਨੇ ਸੱਚਾ ਸੂਰਮਾ ਦੁਬਾਰਾ ਪੈਦਾ ਕਰਤਾ ਇਹਨਾਂ ਨੇ। ਨਵੀਂ ਪੀੜ੍ਹੀ ਨੇ ਨਹੀਂ ਦੇਖਿਆ, ਅਸੀਂ ਤਾਂ ਬਰਾਤਾਂ ਵੀ ਵੇਖੇਂਗੇ ਥੱਲੇ ਬਹਿ ਕੇ ਰੋਟੀ ਖਾਂਦੇ ਸੀ। ਇੱਕ ਨੰਬਰ ਬੱਬੂ ਮਾਨ ਜੀ ਦੀ ਐਕਟਿੰਗ, ਮਤਲਬ ਬਹੁਤ ਟਾਈਮ ਬਾਅਦ ਉਹਨਾਂ ਨੂੰ ਦੇਖਿਆ ਟੀਵੀ ਸਕਰੀਨ 'ਤੇ, ਬਹੁਤ ਹੀ ਅੱਛੀ ਸੀ। ਪੁਰਾਣੇ ਫੇਸ ਨਾਲ ਜੋੜਿਆ ਇਸ ਫਿਲਮ ਨੇ ਸਾਨੂੰ, ਪੁਰਾਣਾ ਜਿਹੜਾ ਇਹਨਾਂ ਨੇ ਉੱਥੇ ਪਿੰਡ ਦਾ ਇਨਵਾਇਰਮੈਂਟ ਦਿਖਾਇਆ ਉਹ ਬਹੁਤ ਅੱਛਾ ਲੱਗਿਆ। ਆਪਣਾ ਬੇਸ ਜੋ ਹੈ ਨਾ ਦੁਬਾਰਾ ਤੋਂ ਵਾਪਸ ਲਿਆਉਣ ਲਈ ਇਸ ਤਰ੍ਹਾਂ ਦੀਆਂ ਪਿਕਚਰ ਜਿਹੜੀਆਂ ਨੇ ਸਭ ਨੂੰ ਅੱਗੇ ਕਰ ਸਕਦੀ। ਬਹੁਤ ਟਾਈਮ ਬਾਅਦ ਉਹਦੀ ਮੂਵੀ ਆਈ, ਪਰ ਨੈਕਸਟ ਲੈਵਲ ਮੂਵੀ ਆ, ਮਜ਼ਾ ਆ ਗਿਆ ਦੇਖ। ਕਿਵੇਂ ਦੀ ਲੱਗੀ ਤੁਹਾਨੂੰ ਮੂਵੀ ਸੁੱਚਾ ਸੁਣਾ? ਮੂਵੀ ਬਹੁਤ ਚੰਗੀ ਲੱਗੀ ਆ। ਮੇਰਾ 1957 ਦਾ ਜਨਮ ਆ, ਮੈਂ ਸਾਰਾ ਕੁਝ ਬੈਕ ਦਾ ਦੇਖਿਆ ਅੱਜ ਪੂਰਾ, ਜੋ ਕਲਚਰ ਆ ਉਹਦੇ ਵਿੱਚੋਂ ਇੱਕ ਤਰ੍ਹਾਂ ਦਾ ਲੱਗ। ਬਿਲਕੁਲ ਹਾਂਜੀ ਬਿਲਕੁਲ, ਸਾਰਾ ਕਲਚਰ ਜਿਹੜਾ ਮੈਂ ਦੇਖ ਚੁੱਕੀ ਆਪਣੀ ਜ਼ਿੰਦਗੀ 'ਚ ਉਹ ਦਿਖਿਆ ਅੱਜ ਮੈਨੂੰ। ਤੁਹਾਨੂੰ ਪੁਰਾਣੀਆਂ ਤੁਹਾਡੀਆਂ ਯਾਦਾਂ? ਹਾਂ, ਮੈਨੂੰ ਬਚਪਨ ਯਾਦ ਆ ਗਿਆ ਜੋ ਅਸੀਂ ਦੇਖਿਆ ਹੋਇਆ ਸੀਗਾ। ਐਜ ਇਟ ਇਜ ਹੁੰਦਾ ਸੀਗਾ ਇਹ, ਜੋ ਅੱਜ ਦਿਖਾਇਆ ਨਾ ਇਹ ਹੁੰਦਾ ਸੀਗਾ। ਇਹ ਨਵੀਂ ਜਨਰੇਸ਼ਨ ਵਾਸਤੇ ਬਹੁਤ ਵਧੀਆ, ਉਹ ਬਹੁਤ ਵਧੀਆ ਅਸੀਂ ਦੇਖਿਆ ਵੀ ਸੇਧ ਮਿਲਦੀ ਬੱਚਿਆਂ ਨੂੰ ਵੀ ਇਹ ਕੁਛ ਵੀ ਸਾਡਾ ਹੋ ਚੁੱਕਿਆ ਹੈ ਸਮਾਜ ਵਿੱਚ, ਹੈ ਨਾ। ਔਰ ਪਿਛਲੇ ਸਮੇਂ ਨੂੰ ਬੱਚੇ ਜਾਣਦੇ ਨਹੀਂ, ਪਿਛਲਾ ਸਮਾਂ ਤਾਂ ਇਹਨਾਂ ਨੂੰ ਦਿਖਾਇਆ ਜਾਵੇ ਤਦ ਹੀ ਪਤਾ ਚੱਲਦਾ। ਤੁਸੀਂ ਮੂਵੀ ਦੇਖ ਕੇ ਥੋੜੇ ਭਾਵੁਕ ਹੋ ਚੁੱਕੇ, ਆਪਣਾ ਬਚਪਨ ਜਿਹੜਾ ਤੁਸੀਂ ਯਾਦ ਕਰਦੇ? ਹਾਂਜੀ ਹਾਂਜੀ, ਅਸੀਂ ਬਚਪਨ ਤੋਂ ਇਹ ਕੁਛ ਦੇਖਿਆ, ਲੜਾਈਆਂ ਦੇਖੀਆਂ ਸਾਡੇ ਬਚਪਨ 'ਚ, ਇਹ ਲੜਾਈਆਂ ਸਾਡੀਆਂ ਦੇਖੀਆਂ ਹੋਈਆਂ, ਤਦ ਬੋਲਦੀ ਮੈਂ। ਹਾਂਜੀ, ਫਿਲਮ ਦੇ ਵਿੱਚ ਡਾਇਲੋਗਸ ਕਿਵੇਂ ਦੇ ਲੱਗੇ? ਬਹੁਤ ਵਧੀਆ ਲੱਗੇ, ਹਰ ਇੱਕ ਦਾ ਬਹੁਤ ਵਧੀਆ ਰੋਲ ਸੀਗਾ, ਐਨ ਢੁਕਵਾਂ ਰੋਲ ਸੀਗਾ ਸਭ ਦਾ ਹੀ, ਬੱਬੂ ਮਾਨ ਦਾ ਤਾਂ ਕਹਿਣਾ ਹੀ ਕਿਆ। ਹਾਂਜੀ, 5 ਦੇ ਵਿੱਚੋਂ ਕਿੰਨੇ ਸਟਾਰ ਦੇਣਾ ਚਾਹੋਗੇ ਫਿਲਮ? ਹਾਂਜੀ, 100% ਹੈ ਜੀ, 100%। ਬੜਾ ਅੱਛਾ ਲੱਗਿਆ ਜੀ, ਇਹਨਾਂ ਦਾ ਕਿਰਦਾਰ ਅੱਛਾ ਕਿਰਦਾਰ ਲੱਗਿਆ, ਔਰ ਉਹਨੇ ਸੱਚਾ ਸੂਰਮਾ ਦੁਬਾਰਾ ਪੈਦਾ ਕਰਤਾ ਇਹਨਾਂ ਨੇ, ਬੜਾ ਅੱਛਾ ਲੱਗਾ ਕਿਰਦਾਰ ਇਹਨਾਂ ਦਾ। ਫਿਲਮ ਦੇ ਵਿੱਚ ਜਿਹੜਾ ਸਾਡਾ ਪੰਜਾਬੀ ਵਿਰਸਾ ਦਿਖਾਇਆ ਗਿਆ ਉਹਨੂੰ ਦੇਖ ਕੇ ਬਹੁਤ ਵਧੀਆ ਲੱਗਿਆ, ਐਕਚੁਅਲ ਪੰਜਾਬੀ ਵਿਰਸਾ ਦਿਖਾਇਆ ਇਹਨਾਂ ਨੇ। ਤੁਹਾਨੂੰ ਆਪਣੀਆਂ ਬਚਪਨ ਦੀਆਂ ਯਾਦਾਂ ਤਾਜ਼ੇ? ਮੈਂ ਦੇਖਿਆ ਕਿ ਇੱਥੇ ਲੋਕ ਜਿਹੜੇ ਕਾਫੀ ਭਾਵੁਕ ਹੋ ਰਹੇ ਨੇ, ਉਹਨਾਂ ਨੇ ਮਤਲਬ ਪੰਜਾਬ ਨੂੰ ਜ਼ਰੂਰਤ ਹੈ ਇਸ ਤਰ੍ਹਾਂ ਦੇ ਕਲਚਰ ਦੀ, ਮਤਲਬ ਪੰਜਾਬ ਨੂੰ ਮਤਲਬ ਜ਼ਰੂਰਤ ਹੈ ਇਸ ਦੇ, ਤੁਸੀਂ ਜਿਸ ਤਰ੍ਹਾਂ ਆਪਣਾ ਬੇਸ ਜੋ ਹੈ ਨਾ ਦੁਬਾਰਾ ਤੋਂ ਵਾਪਸ ਲਿਆਉਣ ਲਈ ਇਸ ਤਰ੍ਹਾਂ ਦੀਆਂ ਪਿਕਚਰ ਜਿਹੜੀਆਂ ਨੇ ਸਭ ਨੂੰ ਅੱਗੇ ਕਰ ਸਕਦੀਆਂ ਨੇ। ਫਿਲਮ ਦੇ ਵਿੱਚ ਡਾਇਲੋਗਸ ਕਿਵੇਂ ਦੇ ਲੱਗੇ? ਬਹੁਤ ਵਧੀਆ, ਬਹੁਤ ਵਧੀਆ। ਕਿੰਨੇ ਸਟਾਰ ਦੇਣਾ ਚਾਹੋਗੇ 5 ਦੇ ਵਿੱਚ? 5 ਸਟਾਰ। ਸਰ 5 ਦੇ ਵਿੱਚੋਂ ਕਿੰਨੇ ਸਟਾਰ ਦੇਣਾ ਚਾਹੋਗੇ? 5 ਸਟਾਰ ਸਰ, 5 ਸਟਾਰ। ਫਿਲਮ ਬਹੁਤ ਵਧੀਆ ਲੱਗੀ। ਐਕਟਿੰਗ ਕਿਵੇਂ ਦੀ ਲੱਗੀ ਤੁਹਾਨੂੰ? ਕੁੱਕਰ ਬਹੁਤ ਸੋਹਣੀ ਸੀ, ਬੱਬੂ ਦੀ ਤਾਂ ਹੈ ਹੀ ਸੀ, ਮਤਲਬ ਬਾਕੀ ਜਿੰਨੇ ਵੀ ਆਰਟਿਸਟ ਸੀ ਜਿਵੇਂ ਕੁੱਕਰ ਦੀ ਸੀ, ਉਹਨੇ ਆਪਣਾ ਰੋਲ ਬੜੀ ਖੂਬੀ ਨਾਲ ਨਿਭਾਇਆ, ਔਰ ਮਤਲਬ ਉਸ ਇਤਿਹਾਸ ਜਾਂ ਉਸ ਵਕਤ ਦੇ ਜੋ ਸਾਡਾ ਮਤਲਬ ਕਲਚਰ ਸੀ ਜਾਂ ਪਹਿਰਾਵਾ, ਰਹਿਣ ਸਹਿਣ, ਬੋਲ ਚਾਲ, ਉਹ ਸਾਰਾ ਕੁਛ ਹੀ ਮਤਲਬ ਉਸ ਲੈਵਲ ਦਾ ਸੀ। ਬਚਪਨ ਦੀਆਂ ਯਾਦਾਂ ਤਾਜ਼ੀ ਹੋਈਆਂ ਫਿਲਮ ਦੇਖ ਕੇ? ਹਾਂ ਬਿਲਕੁਲ, ਸਾਡੀ ਜਿਹੜੀ ਏਜ, ਸਾਡੇ ਜਿਹੜੇ ਸਾਡੇ ਸਾਡਾ ਸਾਡੀ ਏਜ ਹੈ ਉਹਦੇ 'ਚ ਉਹ ਸਾਰਾ ਕਲਚਰ ਸੀਗਾ, ਕਿਉਂਕਿ ਸ਼ਾਇਦ ਅੱਜ ਦੀ ਨਵੀਂ ਪੀੜ੍ਹੀ ਨੇ ਨਹੀਂ ਦੇਖਿਆ। ਅਸੀਂ ਤਾਂ ਬਰਾਤਾਂ ਵੀ ਵੇਖੇਂਗੇ ਥੱਲੇ ਬਹਿ ਕੇ ਰੋਟੀ ਖਾਂਦੇ ਸੀ, ਔਰ ਇਸੇ ਤਰ੍ਹਾਂ ਸਿੱਠਣੀਆਂ ਵੀ ਦਿੱਤੀਆਂ ਜਾਂਦੀਆਂ ਸੀ, ਬੋਲੀਆਂ ਸੀ, ਬਹੁਤ ਕੁਝ ਬੋਲਿਆ ਜਾਂਦਾ ਸੀ। ਸੋ ਇਹ ਅੱਜ ਦੇ ਯੁੱਗ 'ਚ ਨਹੀਂ, ਉਹ ਪੁਰਾਣਾ ਜਿਹੜਾ ਕਲਚਰ ਸੱਭਿਆਚਾਰ ਸੀ ਉਹ ਬਿਲਕੁਲ ਦਿਖਾਇਆ ਗਿਆ, ਔਰ ਬਹੁਤ ਵਧੀਆ ਸੀ। 5 ਦੇ ਵਿੱਚੋਂ ਕਿੰਨੇ ਸਟਾਰ ਦੇਣਾ ਚਾਹੋਗੇ? ਮਤਲਬ ਬੇਸਿਕਲੀ 10 ਹੀ। ਮੂਵੀ ਬਹੁਤ ਟਾਈਮ ਬਾਅਦ ਉਹਦੀ ਮੂਵੀ ਆਈ, ਪਰ ਨੈਕਸਟ ਲੈਵਲ ਮੂਵੀ ਆ, ਮਜ਼ਾ ਆ ਗਿਆ ਦੇਖ ਕੇ। ਆਪਣਾ ਪੰਜਾਬੀ ਵਿਰਸਾ ਯਾਦ ਹੈ, ਪੁਰਾਣੇ ਦਿਨ ਯਾਦ ਹੈ ਫਿਲਮ, ਇੱਦਾਂ ਦੀ ਮੂਵੀ ਆਉਂਦੀ ਰਹੇਗੀ ਤਾਂ ਮਤਲਬ ਬਹੁਤ ਕੁਝ ਸਿੱਖਣ ਨੂੰ ਮਿਲੇਗਾ, ਇਹ ਚੀਜ਼ ਜ਼ਰੂਰੀ ਆਉਣੀ। ਬੱਬੂ ਮਾਨ ਦੀ ਐਕਟਿੰਗ ਅਤੇ ਉਹਨਾਂ ਦੀ ਐਕਟਿੰਗ ਕਿਵੇਂ ਦੀ ਲੱਗੀ? ਬਹੁਤ ਹੀ ਵਧੀਆ, ਮਤਲਬ ਲੱਗਿਆ ਕਿ ਬਹੁਤ ਟਾਈਮ ਬਾਅਦ ਕੁਝ ਵਧੀਆ ਦੇਖਣ ਨੂੰ ਮਿਲਿਆ। ਅਤੇ ਉਹਦੇ ਵਿੱਚ ਜਿਹੜੀ ਯਾਰੀ ਦਿਖਾਈ ਗਈ ਹੈ ਉਹਦੇ ਬਾਰੇ ਤੁਸੀਂ ਕੀ ਕਹੋ? ਦੇਖੋ ਜੀ, ਮੂਵੀ ਹੈ ਮਤਲਬ ਇਹ ਚੀਜ਼ਾਂ ਦੇਖ ਕੇ ਕੁਝ ਸਿੱਖਣ ਨੂੰ ਮਿਲਦਾ, ਬਾਕੀ ਸਭ ਲੋਕ ਦੇਖੂਗੇ ਪਤਾ ਲੱਗੂਗਾ। 5 ਦੇ ਵਿੱਚੋਂ ਕਿੰਨੇ ਸਟਾਰ ਦੇਣਾ ਚਾਹੋ? ਪੂਰੇ 5, ਮਤਲਬ 5 'ਚੋਂ 5। ਕਿਵੇਂ ਤਾਂ ਲੱਗਿਆ ਫਿਲਮ ਸੁੱਚਾ ਸੁਰਮਾ ਦੇਖ?
ਬਹੁਤ ਵਧੀਆ ਮੂਵੀ ਸੀ, ਬਹੁਤ ਵਧੀਆ ਲੱਗਿਆ। ਬੱਬੂ ਮਾਨ ਦੀ ਐਕਟਿੰਗ ਕਿਵੇਂ ਦੀ ਲੱਗੀ? ਇੱਕ ਨੰਬਰ, ਬਹੁਤ ਵਧੀਆ ਐਕਟਿੰਗ ਕੀਤੀ ਉਹਨਾਂ ਨੇ। ਫਿਲਮ ਦੇ ਵਿੱਚ ਜੋ ਸੌਂਗ ਮਿਊਜ਼ਿਕ ਸੀਗਾ ਉਹ ਕਿਵੇਂ ਦਾ ਲੱਗਿਆ ਤੁਹਾਨੂੰ? ਐਵਰੀਥਿੰਗ ਇਜ਼ ਗੁੱਡ। 5 ਦੇ ਵਿੱਚੋਂ ਕਿੰਨੇ ਸਟਾਰ ਦੇਣਾ ਚਾਹੋਗੇ? 5। ਮੈਮ ਕਿਵੇਂ ਦੀ ਲੱਗੀ ਫਿਲਮ? ਬਹੁਤ ਵਧੀਆ ਲੱਗੀ ਜੀ, ਬਹੁਤ ਵਧੀਆ ਸੀਗੀ। ਬੱਬੂ ਮਾਨ ਜੀ ਦੀ ਐਕਟਿੰਗ ਮਤਲਬ ਬਹੁਤ ਟਾਈਮ ਬਾਅਦ ਉਹਨਾਂ ਨੂੰ ਦੇਖਿਆ ਟੀਵੀ ਸਕਰੀਨ 'ਤੇ, ਮਤਲਬ ਵੱਡੀ ਸਕਰੀਨ 'ਤੇ, ਬਹੁਤ ਅੱਛਾ ਲੱਗਿਆ, ਬਹੁਤ ਅੱਛੀ ਸੀਗੀ। ਇਹ ਫਿਲਮ ਦੇ ਵਿੱਚ ਜਿਹੜਾ ਸਾਡਾ ਪੁਰਾਣਾ ਵਿਰਸਾ ਦਿਖਾਇਆ ਗਿਆ, ਕਿਉਂਕਿ ਅੱਜ ਕੱਲ੍ਹ ਸਾਡੇ ਜੋ ਨੌਜਵਾਨ ਪੀੜ੍ਹੀ ਆ ਉਹ ਇਸ ਚੀਜ਼ ਨੂੰ ਭੁੱਲਦੀ ਜਾ ਰਹੀ, ਅਤੇ ਇਹ ਫਿਲਮ ਨੇ ਮੈਨੂੰ ਲੱਗਦਾ ਕਿ ਫਿਰ ਤੋਂ ਉਜਾਗਰ ਕੀਤਾ। ਬਿਲਕੁਲ, ਪੁਰਾਣਾ ਕਲਚਰ ਸਾਨੂੰ ਦੇਖਣ ਨੂੰ ਮਿਲਿਆ ਇਸ ਮੂਵੀ ਦੇ ਵਿੱਚ, ਕਿਵੇਂ ਪੁਰਾਣੇ ਲੋਕ ਸੀਗੇ, ਪਿੰਡਾਂ ਦਾ ਕਲਚਰ ਬੇਸਿਕਲੀ, ਜੋ ਪਿਆਰ ਸੀਗਾ ਪਿੰਡਾਂ ਦੇ ਵਿੱਚ, ਹੈ ਨਾ, ਉਹ ਦੇਖਣ ਨੂੰ ਮਿਲਿਆ ਮੂਵੀ ਦੇ ਵਿੱਚ। ਬੱਬੂ ਮਾਨ ਦੇ ਗਾਣੇ 'ਤੇ ਫਿਰ ਧਮਾਲਾਂ ਪਈਆਂ ਕਿ ਨਹੀਂ? ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਮਤਲਬ ਕਿ ਬੱਚੇ ਤਾਂ ਡਾਂਸ ਵੀ ਕਰ ਰਹੇ ਸੀਗੇ। ਹਾਂ, 5 ਦੇ ਵਿੱਚੋਂ ਕਿੰਨੇ ਸਟਾਰ ਦੇਣਾ ਚਾਹੋਗੇ? 4.5। ਬਹੁਤ ਹੀ ਅੱਛੀ ਸੀਗੀ, ਪੁਰਾਣੇ ਵਿਰਸੇ ਨਾਲ ਜੋੜਿਆ ਇਸ ਫਿਲਮ ਨੇ ਸਾਨੂੰ। ਬੱਬੂ ਮਾਨ ਦੀ ਐਕਟਿੰਗ ਕਿਵੇਂ ਦੀ? ਬਹੁਤ ਅੱਛੀ ਸੀਗੀ, ਬਹੁਤ ਅੱਛੀ ਐਕਟਿੰਗ ਸੀ ਉਹਨਾਂ ਦੀ। ਜਿਹੜਾ ਜਿਨ੍ਹਾਂ ਨੇ ਵਿਲਨ ਦਾ ਕਿਰਦਾਰ ਨਿਭਾਇਆ ਕੁੱਕਰ, ਉਹਨਾਂ ਦੀ ਐਕਟਿੰਗ ਤੁਹਾਨੂੰ ਕਿਵੇਂ ਦੀ ਲੱਗੀ? ਬਹੁਤ ਅੱਛੀ ਐਕਟਿੰਗ ਸੀ ਉਹਨਾਂ ਦੀ, ਇੱਕ ਲੈਸਨ ਮਿਲਦਾ ਸਾਨੂੰ ਇਸ ਮੂਵੀ 'ਚੋਂ। 5 ਦੇ ਵਿੱਚੋਂ ਕਿੰਨੇ ਸਟਾਰ ਦੇਣਾ ਚਾਹੋਗੇ? 5 ਸਟਾਰ। ਮੈਮ ਕਿਵੇਂ ਦੀ ਲੱਗੀ ਫਿਲਮ? ਔਸਮ, ਬਹੁਤ ਅੱਛੀ। ਪੰਜਾਬੀ ਕਲਚਰ ਪੁਰਾਣਾ ਜੋ ਥਾ ਵੋ ਦੁਬਾਰਾ ਸੇ ਦੇਖਨੇ ਕੋ ਮਿਲਾ, ਔਰ ਬੱਬੂ ਮਾਨ ਸਾਹਿਬ ਤੋ ਲਿਵਿੰਗ ਲੈਜੈਂਡ ਹੈ ਹੀ ਹੈ, ਉਨਕੀ ਐਕਟਿੰਗ ਤੋ ਚਲੋ ਹਮੇ ਬੋਲਨੇ ਕਾ ਮਤਲਬ ਨਹੀਂ ਬਨਤਾ, ਲੇਕਿਨ ਉਨਕੇ ਸਾਥ ਜੋ ਸਟਾਰਕਾਸਟ ਥੀ ਵੋ ਸਭ ਕੀ ਐਕਟਿੰਗ ਬਹੁਤ ਅੱਛੀ ਥੀ। ਜੈਸੇ ਕੁੱਕਰ ਜਗ ਸਿੰਘ ਜੋ ਹੈ ਉਨਕੀ ਹੋ ਗਈ, ਜੋ ਲੇਡੀ ਜੋ ਉਨਕੀ ਵਾਈਫ ਬਨਤੀ ਹੈ ਉਨਕੀ ਐਕਟਿੰਗ ਹੋ ਗਈ, ਮਤਲਬ ਸਾਰੀ ਸਟਾਰਕਾਸਟ ਨੰਬਰ 1 ਪੇ ਹੈ। ਫਿਲਮ ਦੇ ਵਿੱਚ ਮਿਊਜ਼ਿਕ ਕਿਵੇਂ ਦਾ ਲੱਗਿਆ? ਮਿਊਜ਼ਿਕ ਬਹੁਤ ਅੱਛਾ ਸੀਗਾ, ਅਸੀਂ ਇੰਜੋਏ ਕਰ ਰਹੇ ਸੀਗੇ, ਸਾਡੇ ਬੱਚੇ ਵੀ ਇੰਜੋਏ ਕਰ ਰਹੇ ਸੀ, ਈਵਨ ਛੋਟੇ ਛੋਟੇ ਸੀ ਉਹ ਡਾਂਸ ਕਰ ਰਹੇ ਸੀਗੇ, ਸੋ ਵੀ ਵਰ ਵੈਰੀ ਹੈਪੀ ਕਿ ਐਟਲੀਸਟ ਉਹ ਇੰਜੋਏ ਕਰ ਰਹੇ ਹੈ। ਮੇਰਾ ਪੂਰਾ 2 ਘੰਟੇ ਪੂਰਾ ਇੰਜੋਏ ਕੀਤਾ ਫੁੱਲ। ਬਿਲਕੁਲ ਬਿਲਕੁਲ, ਟੋਟਲੀ ਇੰਜੋਏ ਕੀਤਾ। 5 ਦੇ ਵਿੱਚੋਂ ਕਿੰਨੇ ਸਟਾਰ ਦੇਣਾ ਚਾਹੋਗੇ? 5 out of 5। ਰੀਅਲ ਬੇਸਡ, ਟਰੂ ਬੇਸਡ ਸਟੋਰੀ ਹੈ, ਤਾਂ ਮਤਲਬ ਇੱਕ ਟਰੂ ਬੇਸਡ ਸਟੋਰੀ ਦੀ ਫੀਲਿੰਗ ਹੀ ਅਲੱਗ ਹੁੰਦੀ ਹੈ, ਅਤੇ ਇੱਕ ਜਿਹੜੀ ਮਤਲਬ ਇਹ ਕ੍ਰੀਏਟ ਕਰੀ ਹੁੰਦੀ ਹੈ, ਮਤਲਬ ਰੀਅਲ ਨਹੀਂ ਹੁੰਦੀ, ਅਤੇ ਮਤਲਬ ਉਹ ਦੇਖਣ ਦਾ ਮਤਲਬ ਇੱਕ ਮੋਰਲ ਨਹੀਂ ਮਿਲਦਾ, ਔਰ ਇੱਕ ਟਰੂ ਬੇਸਡ ਸਟੋਰੀ ਨਾਲ ਮੈਨੂੰ ਇੱਕ ਮੋਰਲ ਮਿਲਦਾ ਜਿਹੜੀ ਜ਼ਿੰਦਗੀ 'ਚ ਕੰਮ ਆਉਂਦਾ। ਬੱਬੂ ਮਾਨ ਦੀ ਐਕਟਿੰਗ ਕਿਵੇਂ ਦੀ ਲੱਗੀ? ਠੀਕ ਲੱਗੀ, ਵਧੀਆ ਲੱਗੀ। ਮਤਲਬ ਤੇ ਫਿਲਮ ਦੇ ਵਿੱਚ ਗਾਣੇ ਕਿਵੇਂ ਦੇ ਲੱਗੇ? ਗਾਣੇ ਮੈਂ ਮਤਲਬ ਬੇਸਿਕਲੀ ਪਸੰਦ ਨਹੀਂ ਕਰਦਾ, ਮਤਲਬ ਗਾਣੇ ਠੀਕ ਕਰੇ ਸੀ। 5 ਦੇ ਵਿੱਚੋਂ ਕਿੰਨੇ ਸਟਾਰ ਦੇਣਾ ਚਾਹੋਗੇ? 5 ਵਿੱਚੋਂ 5। ਸਰ ਕਿਵੇਂ ਦੀ ਲੱਗੀ ਫਿਲਮ? ਬਹੁਤ ਵਧੀਆ ਲੱਗੀ, ਬਹੁਤ ਵਧੀਆ ਲੱਗੀ। ਤੇ ਪੁਰਾਣੇ ਜਿਹੜੇ ਬਚਪਨ ਦੀਆਂ ਯਾਦਾਂ ਤੁਹਾਡੀਆਂ ਤਾਜ਼ਾ ਹੋਈਆਂ ਫਿਲਮ ਨੂੰ ਦੇਖ ਕੇ ਕਿ? ਹਾਂ, ਉਹ ਜਿਹੜਾ ਉਹਨਾਂ ਨੇ ਪੁਰਾਣਾ ਮਾਹੌਲ ਹੈ ਨਾ ਪਿੰਡਾਂ ਦਾ, ਅਤੇ ਉਹਦੇ 'ਚ ਜਿਹੜੇ ਇਹਨਾਂ ਨੇ ਪੁਰਾਣੇ ਲਫ਼ਜ਼ ਯੂਜ਼ ਕੀਤੇ ਆ, ਪੁਰਾਣਾ ਜਿਹੜਾ ਇਹਨਾਂ ਨੇ ਉੱਥੇ ਪਿੰਡ ਦਾ ਇਨਵਾਇਰਮੈਂਟ ਦਿਖਾਇਆ, ਉਹ ਬਹੁਤ ਅੱਛਾ ਲੱਗਿਆ। ਅਤੇ ਬਾਕੀ ਮੋਰਲ ਵੀ ਠੀਕ ਸੀ, ਸਮਾਜ 'ਚ ਹੋ ਰਿਹਾ, ਅਤੇ ਆਪਾਂ ਨੂੰ ਇਸ ਚੀਜ਼ ਤੋਂ ਗੁਰੇਜ਼ ਕਰਨੀ ਚਾਹੀਦੀ ਆ। ਬੱਬੂ ਮਾਨ ਦੀ ਐਕਟਿੰਗ ਕਿਵੇਂ ਦੀ ਲੱਗੀ? ਕੁੱਕਰ ਦੀ ਐਕਟਿੰਗ ਕਿਵੇਂ ਦੀ ਲੱਗੀ? ਉਹਨਾਂ ਨੂੰ ਪਹਿਲੀ ਵਾਰ ਦੇਖਿਆ, ਬੱਬੂ ਮਾਨ ਭਾਅ ਜੀ ਦੀ ਐਕਟਿੰਗ ਬਹੁਤ ਸੋਹਣੀ ਲੱਗੀ, ਕੁੱਕਰ ਜਿਹੜੇ ਨੇ ਭਾਅ ਜੀ, ਮੈਂ ਪਹਿਲੀ ਵਾਰ ਦੇਖਿਆ ਉਹਨਾਂ ਨੂੰ, ਅੱਛੀ ਸੀ, ਸਾਰਿਆਂ ਨੇ ਅੱਛੀ ਮਿਹਨਤ ਕੀਤੀ ਆ, ਔਰ ਬੱਚਿਆਂ ਨਾਲ ਦੇਖਣ ਵਾਲੀ ਮੂਵੀ ਆ, ਬੈਠ ਪਰਿਵਾਰ ਨਾਲ ਦੇਖ ਸਕਦੇ ਆ, ਸਭ ਤੋਂ ਵਧੀਆ ਤਾਂ ਇਹੀ ਚੀਜ਼ ਲੱਗੀ। ਫਿਲਮ ਦੇ ਵਿੱਚ ਡਾਇਲੋਗਸ ਕਿਵੇਂ ਦੇ ਲੱਗੇ? ਡਾਇਲੋਗਸ ਤਾਂ ਬੜਾ ਮਜ਼ਾ ਆਇਆ, ਇੰਜ ਬੜਾ ਇੰਜੋਏ ਕੀਤਾ ਜੀ, ਨੈਚੁਰਲ ਜੇ ਡਾਇਲੋਗਸ, ਇਹ ਵੀ ਨਹੀਂ ਕਿ ਇੰਪਲੀਮੈਂਟ ਕੀਤੇ ਹੋਏ ਆ, ਬਣਾਏ ਹੋਏ ਆ, ਬਹੁਤ ਅੱਛਾ ਲੱਗਿਆ ਉਹਨਾਂ ਨੂੰ। 5 ਦੇ ਵਿੱਚੋਂ ਕਿੰਨੇ ਸਟਾਰ ਦੇਣਾ ਚਾਹੋਗੇ? ਸਟਾਰ ਤਾਂ ਉਹਨਾਂ ਦੀ ਮਿਹਨਤ ਨੂੰ 5 ਤੋਂ ਵੱਧ ਹੀ ਮਿਲਣੇ ਚਾਹੀਦੇ ਆ ਜੀ, ਮਿਹਨਤ ਅੱਛੀ ਕੀਤੀ ਸਾਰੀ ਟੀਮ ਨੇ। ਹਾਂਜੀ।